ਬਦਮਾਸ਼ਾਂ ਦੇ ਦੋ ਗੁੱਟ ਆਪਸ ਦੇ ਵਿੱਚ ਭਿੜੇ ਨੇ, ਇੱਕ ਦੂਜੇ ਤੇ ਗੋਲੀਆਂ ਚਲਾਉਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ। ਇਸ ਦੇ ਨਾਲ ਹੀ ਤੇਜ਼ ਧਾਰ ਹਥਿਆਰਾਂ ਦੇ ਨਾਲ ਇੱਕ ਦੂਜੇ ਤੇ ਵਾਰ ਕੀਤੇ ਗਏ ਨੇ। ਦੋ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਦੱਸਿਆ ਇਹੀ ਜਾ ਰਿਹਾ ਹੈ ਕਿ ਅਦਾਲਤ ਦੇ ਵਿੱਚ ਤਾਰੀਖ ਭੁਗਤਣ ਤੋਂ ਬਾਅਦ ਇਹ ਦੋਵੇਂ ਗੁੱਟ ਵਾਪਸ ਆ ਰਹੇ ਸੀ ਤਾਂ ਇਸ ਦੌਰਾਨ ਰਾਹ ਦੇ ਵਿੱਚ ਇਹਨਾਂ ਦੀ ਲੜਾਈ ਹੋ ਗਈ। ਤਾਂ ਬਰਨਾਲਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਬਠਿੰਡਾ ਹਾਈਵੇ ਤੇ ਬਰਨਾਲਾ ਦੇ ਹੰਡਿਆਇਆ ਬਾਈਪਾਸ ਤੇ ਝੜਪ ਹੋਈ ਹੈ ਤੇ ਕਾਫੀ ਦੇਰ ਤੱਕ ਇਹ ਗੁੱਟ ਆਪਸ ਦੇ ਵਿੱਚ ਲੜਦੇ ਰਹੇ ਨੇ। ਆਸ-ਪਾਸ ਦੇ ਲੋਕਾਂ ਦੀ ਮੰਨੀਏ ਤਾਂ 1 ਘੰਟੇ ਤੱਕ ਦੋਹਾਂ ਗੁੱਟਾਂ ਦੇ ਵਿੱਚ ਲੜਾਈ ਹੁੰਦੀ ਰਹੀ ਤੇ ਇਸ ਦੌਰਾਨ ਗੋਲੀ ਵੀ ਚੱਲੀ ਹੈ। ਇਹਨਾਂ ਕੋਲੇ ਤਲਵਾਰਾਂ, ਕਿਰਚਾਂ ਤੇ ਹੋਰ ਤੇਜ਼ਧਾਰ ਹਥਿਆਰ ਸੀ ਜਿਸ ਦੇ ਨਾਲ ਇਹ ਦੋਵੇਂ ਗੁੱਟ ਆਪਸ ਦੇ ਵਿੱਚ ਝਗੜਦੇ ਰਹੇ, ਲੜਾਈ ਕਰਦੇ ਰਹੇ। ਹਾਲਾਂਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ, ਜਾਂਚ ਕੀਤੀ ਜਾ ਰਹੀ ਹੈ। ਤਾਂ ਇਸ ਦੌਰਾਨ ਦੋ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ। ਪੁਲਿਸ ਦੇ ਮੁਤਾਬਕ ਇਹਨਾਂ ਤੇ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਨੇ ਤੇ ਛੋਟੀਆਂ-ਮੋਟੀਆਂ ਚੋਰੀਆਂ ਦੇ ਕੇਸ ਨੇ ਇਹਨਾਂ ਤੇ। ਹੁਣ ਵੀ ਇਹ ਤਾਰੀਖ ਭੁਗਤ ਕੇ ਵਾਪਸ ਆ ਰਹੇ ਸੀ ਤੇ ਉਹਨਾਂ ਦਾਅਵਾ ਕੀਤਾ ਕਿ ਜਲਦੀ ਹੀ ਇਹਨਾਂ ਅਪਰਾਧੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਲੜਾਈ ਝਗੜੇ ਦੇ ਤੇ ਚੋਰੀ ਦੇ ਮਾਮਲੇ ਇਹਨਾਂ ਤੇ ਪਹਿਲਾਂ ਵੀ ਦਰਜ ਨੇ। ਦੱਸਦੀਏ ਕਿ ਇਸ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋ ਲੋਕਾਂ ਨੂੰ ਆਪਣੇ ਨਾਲ ਹੀ ਇੱਕ ਗੁੱਟ ਲੈ ਗਿਆ, ਬੁਰੀ ਤਰ੍ਹਾਂ ਜ਼ਖਮੀ ਨੇ ਤੇ ਅੱਗੇ ਜਾ ਕੇ ਵੀ ਕੁੱਟਣ ਦੀ ਗੱਲ ਕਹੀ ਆ। ਹਾਲਾਂਕਿ ਆਪਸ ਦੇ ਵਿੱਚ ਇਹਨਾਂ ਦਾ ਕੀ ਝਗੜਾ ਸੀ ਇਹ ਪਤਾ ਨਹੀਂ ਲੱਗ ਸਕਿਆ, ਪਰ ਦੋ ਗੁੱਟ ਬਦਮਾਸ਼ਾਂ ਦੇ ਆਪਸ 'ਚ ਭਿੜੇ ਨੇ। ਪਹਿਲਾਂ ਵੀ ਇਹਨਾਂ ਦੀ ਰੰਜਿਸ਼ ਸੀ ਤੇ ਹੁਣ ਵੀ ਅਦਾਲਤ ਵਿੱਚ ਪੇਸ਼ੀ ਭੁਗਤਣ ਤੋਂ ਬਾਅਦ ਵਾਪਸ ਆ ਰਹੇ ਸੀ। ਬਰਨਾਲਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬਠਿੰਡਾ ਹਾਈਵੇ ਤੇ ਬਰਨਾਲਾ ਦੇ ਹੰਡਿਆਇਆ ਨੇੜੇ ਇਹ ਦੋ ਗੁੱਟ ਆਪਸ ਦੇ ਵਿੱਚ ਭਿੜੇ ਨੇ। ਲੜਾਈ ਦਾ ਸਾਨੂੰ ਪਤਾ ਨਹੀਂ ਲੱਗਿਆ, ਇੱਕ ਰੌਲਾ ਪਈ ਜਾਂਦਾ ਸੀ ਤਾਂ ਫਿਰ ਦੇਖਿਆ ਜੀ ਪੱਚੀ ਵਾਰ ਜੋ ਖੜੇ ਸੀ ਤਾਂ ਕੀ ਮਾਹੌਲ ਕੀ ਗੱਲਬਾਤ ਸੀ ਇੱਥੇ? ਸਾਨੂੰ ਇਸ ਵੀ ਆਸ ਵਿੱਚ ਕੋਈ ਲੜਾਈ ਹੋਈ ਹੈ ਨਾ ਜੀ, ਖੜੇ ਸੀ ਪਹਿਲਾਂ ਅਸੀਂ ਤਾਂ ਖੜੇ ਸੀ ਸਾਈਡ 'ਤੇ। ਕਿੰਨੇ ਕਿੰਨੇ ਕੁ ਬੰਦੇ ਸੀ? ਬੰਦੇ ਹੈਗੇ ਸੀ 15-20, ਇੱਧਰ ਸੀ 15-20, ਉੱਧਰ ਸੀ। ਕੀ ਗੋਲੀਆਂ ਉਹਨਾਂ ਕੋਲ? ਗੋਲੀਆਂ ਵੀ ਚੱਲੀਆਂ। ਕਿੰਨੀਆਂ ਗੋਲੀਆਂ ਚੱਲੀਆਂ ਕੋਈ? ਗੋਲੀਆਂ ਦੋ ਚੱਲੀਆਂ। ਦੋ ਇੱਥੇ ਚੱਲੀਆਂ ਜੀ ਅਤੇ ਦੋ ਹੋਰ? ਤੂੰ ਨਾ ਮੈਂ ਦੋ ਗੋਲੀਆਂ ਲਿਖੀਆਂ ਇੱਥੇ ਚੱਲੀਆਂ। ਉਹ ਫਰਾਰ ਹੋ ਗਏ, ਫੜੇ ਗਏ ਉਹਨਾਂ 'ਚ ਬੰਦੇ? ਚਾਰ ਤਿੰਨ ਚਾਰ ਦਾ ਫੜੇ ਗਏ। ਇਹ ਫੜੇ ਨਹੀਂ ਗਏ, ਇਹਦੇ ਕੀ ਲੋੜ ਹੈ ਜੀ? ਜਿਹੜੇ ਕਾਹਦੇ 'ਤੇ ਆਏ ਸੀਗੇ ਬਾਪੂ ਜੀ? ਉਹ ਉਹਨਾਂ ਕੋਲ ਗੱਡੀਆਂ ਸੀਗੀਆਂ, ਮੋਟਰਸਾਈਕਲ ਵੀ ਸੀ। ਮੁੰਡੇ ਜੇ ਸੀਗੇ? ਖਾਸੀ ਮੁੰਡੇ ਜੇ ਸੀ। ਕੀ ਕੁਛ ਸੀ ਉਹਨੇ ਹਥਿਆਰ ਤੇ ਹਥਿਆਰ ਉਹਨਾਂ ਕੋਲ ਆਏ ਜੀ? ਕਿਰਪਾਨਾ ਕਿਰਪੂਨਾ ਅਤੇ ਖਪਰੇ ਜੇ ਸੀਗੇ, ਰਿਵਾਲਵਰ ਸੀ। ਕਿੰਨੇ ਫੈਰ ਹੋਏ ਤੁਹਾਡੇ ਕੋਲ? ਫੈਰ ਦੋ ਹੀ ਹੋਏ ਨੇ। ਮੈਂ ਤੁਹਾਨੂੰ ਦੱਸਿਆ ਜੀ, ਦਾਦਾ ਜੀ ਮੈਂ ਗਿਆ ਸੀ ਇੱਧਰ ਉੱਪਲੀ, ਮੇਰੀ ਭੈਣ ਵਿਆਹੀ ਆ ਅਤੇ ਮੈਂ ਉੱਧਰੋਂ ਆਉਂਦਾ ਸੀਗਾ ਪਿੰਡ ਨੂੰ ਜਾਂਦਾ ਸੀ, ਪਿੰਡ ਮੇਰਾ ਪਿੱਥੋਂ ਆ ਅਤੇ ਉੱਥੇ ਇਹ ਖੜ੍ਹੇ ਸੀਗੇ। ਅਸੀਂ ਮੈਂ ਮੋਟਰਸਾਈਕਲ ਉੱਥੋਂ ਮੋੜ ਲਿਆ, ਬਾਈ ਨੂੰ ਵੀ ਪਤਾ ਹੀ ਆ, ਮੈਂ ਯਾਰ ਇਹ ਕਿਵੇਂ ਗੰਡਾਸੇ ਚੱਕੀ ਖੜ੍ਹੇ ਆ। ਅਤੇ ਜਦੋਂ ਇਹ ਆਪਸ ਮੈਂ ਜਦੋਂ ਬਸ ਚੱਲ ਪਏ, ਉਹ ਉਹਨਾਂ ਮਗਰ ਪੈ ਗਏ ਅਤੇ ਉਹਨੇ ਦੂਜੇ ਨੇ ਗੰਡਾਸਾ ਮਾਰਿਆ, ਉਹ ਸਿਰ ਪਾੜਤਾ ਅਤੇ ਬਾਕੀ ਫਿਰ ਇੱਥੇ ਆ ਕੇ 6 ਗੋਲੀ ਦਾ ਪਿਸਤੌਲ ਸੀ ਦੋਨਾਂ ਕੋਲ। ਫਿਰ ਇੱਕ ਦੇ ਇੱਥੇ ਮੋਰ 'ਚ ਵੱਜਿਆ ਜੀ ਗੋਲੀ ਉਹਦੇ, ਅਤੇ ਫਿਰ ਇਹਨਾਂ ਨੇ ਉੱਥੇ ਜਾ ਕੇ ਬੰਦਾ ਵੱਡਾ ਸਿਰ ਵਾਲਾ ਸਾਰਾ। ਕਿੰਨੇ ਬੰਦੇ ਸੀ? ਕੀ ਕੁਛ ਸੀ ਉਹਨਾਂ ਕੋਲ? ਉਹਨਾਂ ਕੋਲ ਪਿਸਤੌਲ ਸੀਗੇ ਜੀ ਦੋ ਤਾਂ, ਅਤੇ ਕਿਰਚਾਂ ਸੀ ਅਤੇ ਵੱਡੇ ਖਾਬਰੇ ਸੀ ਅਤੇ ਗਲਾਰਕਾਂ ਸੀਗੀਆਂ ਜਿਹੜੀਆਂ ਆਪਣਾ ਸਾਈਕਲ ਦੀਆਂ ਹੁੰਦੀਆਂ, ਨਾਲੀਆਂ ਜੜਾਈਆਂ ਹੋਈਆਂ। ਗੁੱਟ ਸੀ ਦੋ ਗੁੱਟ ਸੀਗੇ? ਕਿੰਨੇ ਕੁ ਬੰਦੇ? ਬੰਦੇ ਕਿਹੜੇ ਸੀਗੇ? ਬੰਦੇ ਉਹ ਸੀਗੇ ਜੀ ਜਿਹੜੇ, ਉਹ 20 ਸੀਗੇ ਅਤੇ 15 ਸੀ। ਐਂ ਪਤਾ ਲੱਗਿਆ ਕਾਹਦੇ 'ਤੇ ਸਵਾਰ ਆਏ ਅਤੇ ਉਦੋਂ ਬਾਅਦ ਪੁਲਿਸ ਪਹੁੰਚੀ ਇੱਥੇ ਕਿ ਨਾ? ਪੁਲਿਸ ਪਹੁੰਚ ਗਈ ਸੀ। ਹਾਂ, ਅਤੇ ਮੈਂ ਉੱਥੋਂ ਪੁਲਿਸ ਨੂੰ, ਪੁਲਿਸ ਵਾਲਾ ਮੁਲਾਜ਼ਮ ਮੇਰੇ ਨਾਲ ਗਿਆ ਗਾ ਅਤੇ ਉਹ ਚੌਲਾਂ 'ਚੋਂ ਬੰਦਾ ਲੈ ਆ ਕੁੱਟ ਕੇ। ਕਿੰਨੇ ਬੰਦੇ ਸੀ ਮਤਲਬ ਇੱਥੇ? ਕਿੰਨੇ ਮਤਲਬ ਕਿੰਨੀ ਦੇਰ ਲੜਾਈ ਚੱਲੀ ਗਈ?
ਇੱਥੇ ਮੈਨੂੰ ਲਾ ਘੰਟਾ ਚੱਲੀ ਗਈ ਅਤੇ ਉਦੋਂ ਕੋਈ ਪੁਲਿਸ ਨਹੀਂ ਆਈ ਪਹਿਲਾਂ ਨਾ ਉਦੋਂ ਬਾਅਦ ਆਈ ਭੱਜ ਗਈ ਕਿ ਉੱਥੇ ਫੜੇ ਹਾਂ ਉਹ ਜਿਹੜੇ ਗੋਲੀਆਂ ਚਲਾਉਂਦੇ ਸੀ ਉਹ ਲੈ ਕੇ ਨਾ ਦੋ ਬੰਦਿਆਂ ਨੂੰ ਅਤੇ ਲੈ ਗਏ ਕਹਿੰਦੇ ਕਹਾਂ ਬਣਾਉਣਾ ਮੋਰ ਜਾ ਕੇ ਤੈਨੂੰ ਹੈਂ ਜਿਹੜੇ ਜ਼ਖਮੀ ਸੀ ਹਾਂ ਉਹਨਾਂ ਨੂੰ ਲੈ ਗਏ ਇਹ ਕਿੰਨੇ ਕੋਈ ਮੌਤ ਵੀ ਹੋਈ ਹੈ ਇੱਥੇ ਨਹੀਂ ਮੌਤ ਹਜੇ ਤੱਕ ਤਾਂ ਨਹੀਂ ਹੋਈ ਹੋਏ ਵੀ ਇੱਥੇ ਤਾਂ ਨਹੀਂ ਹੋਈ ਹੋ ਜੂਗੀ ਜਿਹੜੇ ਲੋਟ ਉਹਦਾ ਸਿਰ ਪਾੜਿਆ ਹੋਇਆ ਅਤੇ ਗੋਲੀ ਵੱਜੀ ਵੀ ਆ ਵੀ ਹੋ ਸਕਦੀ ਆ ਜਿੰਨਾ ਕੁ ਹੁਣ ਤੱਕ ਪਤਾ ਲੱਗਿਆ ਆਪਣੇ ਜਿਹੜਾ ਬਰਨਾਲਾ ਬਠਿੰਡਾ ਹਾਈਵੇ ਦੇ ਉੱਤੇ ਇੱਥੇ ਸਾਡੇ ਫਲਾਈਓਵਰ ਦੇ ਸਾਰੇ ਹੰਢਾਇਆ ਕੈਂਚੀਆਂ ਦੇ ਉੱਤੇ ਦੋ ਗੁੱਟਾਂ ਵਿੱਚ ਆਪਸੀ ਲੜਾਈ ਹੋਈ ਹੈ ਜੋ ਹੁਣ ਤੱਕ ਪਤਾ ਲੱਗਿਆ ਕਿ ਸਾਰੇ ਇੱਕ ਸੇਮ ਕੇਸ ਦੇ ਹੀ ਸੀਗੇ ਬੰਦੇ ਕ੍ਰਿਮੀਨਲ ਹੈਗੇ ਨੇ ਪਹਿਲਾਂ ਵੀ ਇਹਨਾਂ 'ਤੇ ਪਰਚੇ ਨੇ ਲਗਭਗ ਬਰਨਾਲੇ ਦੇ ਨੇ ਸਾਰੇ ਇਹ ਅੱਜ ਇਹਨਾਂ ਦੀ ਕੋਰਟ ਦੇ ਵਿੱਚ ਤਰੀਕ ਸੀ ਉੱਥੋਂ ਇਹ ਸਾਰੇ ਇਕੱਠੇ ਵਾਪਸ ਆ ਰਹੇ ਸੀਗੇ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਆ ਅਤੇ ਜਿਹਦੇ ਵਿੱਚ ਆਪਸ 'ਚ ਇਹਨਾਂ ਦੇ ਕਾਫੀ ਇੱਕ ਦੂਜੇ ਦੇ ਸੱਟਾਂ ਵੱਜੀਆਂ ਨੇ ਅਤੇ ਤੁਰੰਤ ਸਾਡੇ ਉੱਥੇ ਮੌਕੇ 'ਤੇ ਸਾਡੇ ਐੱਸ ਐੱਚ ਓ ਸਿਟੀ 2 ਗੁਰਮੇਲ ਸਿੰਘ ਸਬ ਇੰਸਪੈਕਟਰ ਅਤੇ ਸਾਡੀ ਸੀ ਆਈ ਏ ਦੀ ਟੀਮ ਅਤੇ ਸਾਡੇ ਚੌਂਕੀ ਇੰਚਾਰਜ ਹੰਢਾਇਆ ਜਿਹੜੇ ਤਰਸੇਮ ਸਿੰਘ ਇਹਨਾਂ ਨੂੰ ਜਿੱਦਾਂ ਹੀ ਸੂਚਨਾ ਮਿਲੀ ਇਹ ਮੌਕੇ 'ਤੇ ਇਹਨਾਂ ਨੇ ਹਰਕਤ ਕੀਤੀ ਆ ਅਤੇ ਜਿਹੜੇ ਦੋਸ਼ੀ ਨੇ ਇਹਨਾਂ ਦੇ ਵਿੱਚੋਂ ਦੋ ਜਣਿਆਂ ਨੂੰ ਇਹਨਾਂ ਨੇ ਹੁਣ ਤੱਕ ਰਾਊਂਡ ਅਪ ਵੀ ਕਰ ਲਿਆ ਅਤੇ ਬਾਕੀ ਦੋਸ਼ੀ ਵੀ ਇੱਥੇ ਨੇੜੇ ਹੀ ਸਾਨੂੰ ਜਿਹੜਾ ਪਤਾ ਲੱਗਿਆ ਕਿ ਇੱਧਰ ਉੱਧਰ ਛੁਪੇ ਹੋਏ ਨੇ ਉਹਨਾਂ ਦੇ ਬਾਰੇ ਵੀ ਵੱਖ ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਰ ਫਾਇਰਿੰਗ ਵਗੈਰਾ ਵੀ ਹੋਈ ਹੈ ਕੋਈ ਗੋਲੀ ਚੱਲੀ ਦਾ ਵੀ ਪਤਾ ਲੱਗਿਆ ਹੈਗਾ ਜੋ ਹੁਣ ਤੱਕ ਆਲੇ ਦੁਆਲੇ ਜੋ ਲੋਕ ਉੱਥੇ ਮੌਕੇ 'ਤੇ ਪਬਲਿਕ ਦੇ ਲੋਕ ਹਾਜ਼ਰ ਸਨ ਉਹਨਾਂ ਤੋਂ ਹੁਣ ਤੱਕ ਇਹ ਗੱਲ ਹਲੇ ਤੱਕ ਜੋ ਉਹਨਾਂ ਦੇ ਅਕਾਊਂਟ ਦੇ ਹਿਸਾਬ ਨਾਲ ਆਈ ਹੈ ਕਿ ਕੋਈ ਗੋਲੀ ਚੱਲੀ ਹੈ ਬਟ ਹਲੇ ਤੱਕ ਕਿਸੇ ਵਿਕਟਿਮ ਬਾਰੇ ਜਾਂ ਕੋਈ ਇੰਜਰੀ ਬਾਰੇ ਹਲੇ ਤੱਕ ਕਨਫਰਮ ਨਹੀਂ ਹੋਇਆ ਹੈਗਾ ਉਹ ਅਸੀਂ ਜਿਹੜੇ ਦੋਸ਼ੀ ਰਾਊਂਡ ਅਪ ਕੀਤੇ ਨੇ ਉਹਨਾਂ ਦੀ ਕੁਐਸਚਨਿੰਗ ਕਰਾਂਗੇ ਤਾਂ ਇਹ ਸਾਰਾ ਮਾਮਲਾ ਕਲੀਅਰ ਹੋ ਜਾਏਗਾ ਸਰ ਇਹ ਵੀ ਕਹਿ ਰਹੇ ਦੋ ਜਿਹੜੇ ਜ਼ਖਮੀ ਹੋਏ ਸੀ ਦੂਜੇ ਗਰੁੱਪ ਦੇ ਬੰਦੇ ਸੀ ਉਹ ਦੂਜੇ ਗਰੁੱਪ ਵਾਲੇ ਚੱਕ ਕੇ ਲੈ ਗਏ ਕਿ ਅੱਗੇ ਅੱਗੇ ਵੱਢ ਕੇ ਸੁੱਟਾਂਗੇ ਨਹੀਂ ਉਹ ਆਪਾਂ ਗੁੱਡੀ ਵੱਲ ਨੂੰ ਕਹਿੰਦੇ ਜੀ ਹਾਂ ਆਪਾਂ ਨੂੰ ਜਿਹੜਾ ਵੀ ਇਹਨਾਂ ਦੀ ਮੂਵਮੈਂਟ ਨੂੰ ਅਸੀਂ ਸਾਡੀਆਂ ਸਾਰੀਆਂ ਟੀਮਾਂ ਟਰੈਕ ਕਰ ਰਹੀਆਂ ਨੇ ਅਤੇ ਜਲਦੀ ਸਾਰੇ ਦੇ ਸਾਰਿਆਂ ਨੂੰ ਫੜ ਲਿਆ ਜਾਏਗਾ ਅਤੇ ਸਾਰੀ ਜੋ ਘਟਨਾ ਹੋਈ ਹੈ ਇਹਦੇ ਪਿੱਛੇ ਕੀ ਕਾਰਨ ਸੀ ਕੌਣ ਜ਼ਖਮੀ ਸੀ ਕਿਹਨੂੰ ਕੀਤਾ ਹੈਗਾ ਉਹ ਸਾਰਾ ਜਿਹੜਾ ਕਲੀਅਰ ਕਰ ਲਿਆ ਜਾਏ ਇਹ ਸਰ ਕੋਈ ਗੈਂਗ ਇਕਨਾਮੀ ਨਹੀਂ ਇਹ ਛੋਟੇ ਮੋਟੇ ਜੀ ਕ੍ਰਿਮੀਨਲ ਨੇ ਗਲੀ ਦੇ ਗੁੰਡੇ ਨੇ ਮਾੜੇ ਮੋਟੇ ਦੇ ਇਹਨਾਂ 'ਤੇ ਛੋਟੇ ਛੋਟੇ ਚੋਰੀਆਂ ਦੇ ਪਰਚੇ ਨੇ ਕੋਈ ਵੱਡਾ ਕੋਈ ਇਹਦੇ 'ਚ ਉਹ ਇਹੋ ਜਿਹੀ ਗੱਲਬਾਤ ਨਹੀਂ ਹੈ